ਭਾਅ ਜੀ ਫੀਸਾਂ ਨੂੰ ਲੈ ਕੇ ਆ ਜਿਹੜਾ ਕਿ ਬੱਚਿਆਂ ਨੂੰ ਪੇਰੈਂਟਸ ਨੂੰ ਪਰੇਸ਼ਾਨ ਕੀ ਰਿਹਾ ਪਿਛਲੇ ਲਗਭਗ ਇੱਕ ਮਹੀਨੇ ਤੋਂ ਇਹ ਪ੍ਰੋਸੈਸ ਚੱਲ ਰਿਹਾ ਕਿਹੜਾ ਸਕੂਲ ਹੈ ਗੁਰੂ ਹਰੇ ਇੰਟੈਲੀਜੈਂਟ ਟ੍ਰਾਇਲ ਸਕੂਲ ਪਾਣੀ ਰਹੀਆਂ ਅਤੇ ਪੇਰੈਂਟਸ ਨੂੰ ਵਾਰ ਵਾਰ ਮੈਸੇਜ ਆ ਰਿਹਾ ਕਿ ਐਡਮਿਸ਼ਨ ਫੀਸਾਂ ਅਤੇ ਟਿਊਸ਼ਨ ਫੀਸਾਂ ਜਮ੍ਹਾਂ ਕਰਵਾਈਆਂ ਜਾਣ ਨਹੀਂ ਤਾਂ ਤੁਹਾਡੇ ਬੱਚਿਆਂ ਨੂੰ 10 ਸਤੰਬਰ ਨੂੰ ਪੇਪਰਾਂ ਦੇ ਵਿੱਚ ਨਹੀਂ ਬੈਠ ਦਿੱਤਾ ਜਾਏਗਾ ਜਿਹਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਪੇਰੈਂਟਸ ਬਹੁਤ ਪਰੇਸ਼ਾਨ ਆ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਕਰੋਨਾ ਦੇ ਕਰਕੇ ਸਾਰੇ ਹੀ ਪੇਰੈਂਟਸ ਪਰੇਸ਼ਾਨ ਆ ਪਰ ਸਕੂਲ ਜਿਹੜੇ ਉਹ ਆਪਣੀ ਮਨਮਾਨੀ ਤੋਂ ਕਰਨ ਤੋਂ ਨਹੀਂ ਚੱਲ ਰਹੇ ਅਸੀਂ ਰਿਕੁਐਸਟ ਕਰ ਚੁੱਕੇ ਹਾਂ 3 ਵਾਰੀ ਪਹਿਲਾਂ ਵੀ ਕਿ ਪੇਰੈਂਟਸ ਦੀ ਸੁਣੀ ਜਾਵੇ ਐਡਮਿਸ਼ਨ ਫੀਸ ਜਿਹੜੀ ਉਹਨੂੰ ਮਾਫ਼ ਕੀਤਾ ਜਾਵੇ ਜਿਹੜੀ ਸਾਡੀ ਹੈਗੀ ਟਿਊਸ਼ਨ ਫੀਸ ਉਹਦੇ ਵਿੱਚ ਕਨਸੈਸ਼ਨ ਦਿੱਤੀ ਜਾਵੇ ਪੇਰੈਂਟਸ ਨੂੰ ਕਿਉਂਕਿ ਸਾਰਿਆਂ ਦੇ ਤੁਹਾਨੂੰ ਪਤਾ ਕਾਰੋਬਾਰ ਇੰਨੇ ਨਹੀਂ ਚੱਲ ਰਹੇ ਔਰ ਜਿਹੜੇ ਪ੍ਰਾਈਵੇਟ ਉਹਨਾਂ ਦਾ ਬਿਲਕੁਲ ਬੇੜਾ ਬਹਿ ਗਿਆ ਨਾ ਸਾਡੀ ਸਰਕਾਰ ਸੁਣ ਰਹੀ ਆ ਨਾ ਸਾਡੇ ਸਕੂਲ ਪ੍ਰਸ਼ਾਸਨ ਸੁਣ ਰਿਹਾ ਪਰ ਇਹ ਦਿਨੋਂ ਦਿਨ ਜਿਹੜਾ ਸਕੂਲ ਮਾਫੀਆ ਅਸੀਂ ਇਹਨੂੰ ਕਹਾਂਗੇ ਨਹੀਂ ਕਹਿਣਾ ਚਾਹੁੰਦੇ ਸਾਡਾ ਐਜੂਕੇਸ਼ਨ ਸਿਸਟਮ ਬੱਚਿਆਂ ਦਾ ਪਰ ਦੁਖੀ ਹੋ ਕੇ ਕਹਿਣਾ ਪੈਂਦਾ ਅਸੀਂ ਪਿਛਲੇ 1 ਮਹੀਨੇ ਤੋਂ ਸਟਰਗਲ ਕਰ ਰਹੇ ਹਾਂ ਅੱਜ ਵੇਖੋ ਤੁਸੀਂ ਪੇਰੈਂਟਸ ਵੀ ਕਿੰਨੇ ਆਏ ਆ ਪਰ ਦੁੱਖ ਹੁੰਦਾ ਵਾ ਅਸੀਂ ਰਾਤ 2 ਜਾਂ 3 ਘੰਟੇ ਸਾਨੂੰ ਸੌਣ ਨੂੰ ਪੈਂਦਾ ਪਰ ਸਾਡੀ ਫੇਰ ਵੀ ਨਹੀਂ ਸੁਣੀ ਜਾ ਰਹੀ ਇਹ ਸਰਕਾਰ ਦੀ ਐਜੂਕੇਸ਼ਨ ਡਿਪਾਰਟਮੈਂਟ ਦੀ ਗੱਲ ਬਸ ਮੈਂ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ ਸੌਰੀ ਦੇਖੋ ਜੀ ਇਹ ਪੇਂਡੂ ਸਾਰਾ ਇਲਾਕਾ ਜਿਹੜਾ ਨਾ ਇਹ ਲੋਕਲ ਪੇਂਡੂ ਇਲਾਕਾ ਵਾ ਸਾਰਾ ਜੀ ਇੱਥੇ ਆਪਣੇ ਬੱਚੇ ਲੋਕ ਜਿਨ੍ਹਾਂ ਦੀ ਖੁਆਇਸ਼ ਹੁੰਦੀ ਹੈ ਵੀ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਨ ਕਿਉਂ ਸਰਕਾਰੀ ਤੰਤਰ ਨੂੰ ਇੰਨਾ ਮਜ਼ਬੂਤ ਨਹੀਂ ਮੰਨਿਆ ਜਾਂਦਾ ਪ੍ਰਾਈਵੇਟ ਹਰ ਬੱਚਾ ਆਪਣਾ ਪੜ੍ਹਾਉਣਾ ਚਾਹੁੰਦਾ ਇਹ ਸਕੂਲ ਨੂੰ ਅਫੋਰਡ ਕਰਦੇ ਸੀ ਸਾਰੇ ਜਾਣੇ ਚਲੋ ਫੀਸ ਘੱਟ ਆ ਸ਼ਹਿਰ ਦੇ ਮੁਕਾਬਲੇ ਪਰ ਆਇਆ ਵਕਤ ਇਹਨਾਂ ਨੇ ਸ਼ਹਿਰ ਦੇ ਮੁਕਾਬਲੇ ਜੋ ਕੀਤਾ ਵਾ ਜਿਵੇਂ ਮਾਰਾ ਦੌੜਾ ਇਹਨਾਂ ਨੇ ਸਾਥ ਦੇਣ ਦੀ ਬਜਾਏ ਸਾਡਾ ਇਹਨਾਂ ਨੇ ਰੋਜ਼ ਹੀ ਇੱਕ ਹਿਸਾਬ ਨਾਲ ਕਰਤਾ ਵਾ ਵੀ ਸਾਨੂੰ ਫੀਸ ਕਹਿੰਦੇ ਪੂਰੀ ਲੈਣੀ ਹੈ ਐਡਮਿਸ਼ਨ ਫੀਸ ਵੀ ਪੂਰੀ ਲੈਣੀ ਹੈ ਸਾਡੀ ਸਰਕਾਰ ਤੋਂ ਹੋਰ ਜ਼ੋਰ ਮੰਗ ਆ ਵੀ ਅਸੀਂ ਜੋ ਵੀ ਫੀਸ ਆ 70% ਹੀ ਦੇਣ ਨੂੰ ਤਿਆਰ ਹਾਂ ਜੋ ਬਾਕੀ ਸਕੂਲ ਲੈਣ ਦੇ ਆ ਪਰ ਅਸੀਂ ਇਹਨਾਂ ਸਕੂਲ ਮਾਫੀ ਅੱਗੇ ਝੁਕਾਂਗੇ ਨਹੀਂ ਅਸੀਂ ਆਪਣੇ ਸੰਘਰਸ਼ ਜਾਰੀ ਰੱਖਾਂਗੇ ਗੱਲਬਾਤ ਹੁੰਦੀ ਆ ਗੱਲਬਾਤ ਦੇ ਵਿੱਚ ਇਹ ਡਿਸਕਸ ਹੋਇਆ ਸੀਗਾ ਲਾਸਟ ਤੇ ਕਿ ਸਾਡੀ ਸਕੂਲ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਬਣੀ ਆ ਉਸ ਐਸੋਸੀਏਸ਼ਨ ਦੇ ਨਾਲ ਅਸੀਂ ਜ਼ਰੂਰ ਡਿਸਕਸ ਕਰਾਂਗੇ ਅਤੇ ਜੋ ਵੀ ਰਿਆਇਤ ਦਿੱਤੀ ਜਾ ਸਕਦੀ ਆ ਤੁਹਾਨੂੰ ਜ਼ਰੂਰ ਦੇਵਾਂਗੇ ਫਿਰ ਸਾਨੂੰ ਜਦੋਂ ਟਾਈਮ ਮਿਲਿਆ ਉਹਨਾਂ ਕੋਲੋਂ ਅਸੀਂ ਉਸ ਟਾਈਮ ਤੋਂ ਬਾਅਦ ਇਹਨਾਂ ਨੂੰ ਪੇਰੈਂਟਸ ਨੂੰ ਕਾਲ ਕੀਤੀ ਆ ਕਿ ਸਾਡੀ ਗੱਲ ਹੋ ਗਈ ਆ ਉਹਨਾਂ ਦੇ ਨਾਲ ਐਸੋਸੀਏਸ਼ਨ ਦੇ ਨਾਲ ਅਤੇ ਤੁਸੀਂ ਆ ਜਾਓ ਇਹ 4-5 ਮੈਂਬਰ ਆਏ ਸੀਗੇ ਜਿਨ੍ਹਾਂ ਵਿੱਚ ਮਿਸਟਰ ਲਾਲੀ ਜੀ ਵੀ ਸੀਗੇ ਅਤੇ ਪ੍ਰੈਸ ਰਿਪੋਰਟਰ ਜਿਹੜੇ ਨੇ ਇਹ ਖੜੇ ਵਿੱਚ ਇਹਨਾਂ ਦੇ ਨਾਲ ਜਦੋਂ ਸਾਡੀ ਡਿਸਕਸ਼ਨ ਹੋਈ ਆ ਅਤੇ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਐਡਮਿਸ਼ਨ ਫੀਸ ਫਿਲਹਾਲ ਤੁਸੀਂ ਨਾ ਦਿਓ ਅਤੇ ਹਾਲਾਂਕਿ ਇਹ ਤੁਸੀਂ ਦੇਖੋ ਕਿ ਸੈਕਿੰਡ ਬੈਂਚ ਮਾਨਯੋਗ ਹਾਈ ਕੋਰਟ ਨੇ ਵੀ ਜਿਹੜਾ ਆ ਉਹ ਕਿਹਾ ਸੀਗਾ ਕਿ ਦਾਖਲਾ ਅਤੇ ਟਿਊਸ਼ਨ ਫੀਸਾਂ ਜਿਹੜੀਆਂ ਨੇ ਉਹ ਪੂਰੀਆਂ ਲੱਗਣਗੀਆਂ ਸਰ ਇੱਥੇ ਮੈਂ ਤੁਹਾਨੂੰ ਇੱਕ ਗੱਲ ਐਡ ਕਰ ਦਿਆਂ ਸਕੂਲ ਵੱਲੋਂ ਕੋਈ ਪੇਰੈਂਟਸ ਕਹਿ ਦੇਵੇ ਕਿ ਜੁਲਾਈ ਐਂਡ ਤੋਂ ਪਹਿਲਾਂ ਜੁਲਾਈ ਲਾਸਟ ਵੀਕ ਤੋਂ ਪਹਿਲਾਂ ਸਕੂਲ ਵੱਲੋਂ ਕੋਈ ਫੀਸ ਨੂੰ ਲੈ ਕੇ ਇਹਨਾਂ ਤੱਕ ਕੋਈ ਮੈਸੇਜ ਕਨਵੇ ਹੋਇਆ ਹੋਵੇ ਅਸੀਂ ਬਿਲਕੁਲ ਵੀ 4-5 ਮਹੀਨੇ ਜਿਹੜਾ ਆ ਕਦੀ ਕਿਸੇ ਨੂੰ ਕੋਈ ਮੈਸੇਜ ਸੈਂਡ ਕੀਤਾ ਨਹੀਂ ਸਟੱਡੀ ਜ਼ਰੂਰ ਸੈਂਡ ਹੁੰਦੀ ਰਹੀ ਆ ਵਾਇਆ PDF ਵੀਡੀਓਜ਼ ਜ਼ੂਮ ਕਲਾਸ ਜੋ ਵੀ ਔਨਲਾਈਨ ਜੋ ਫੈਸਿਲਿਟੀਜ਼ ਸੀਗੀਆਂ ਪਰ ਫੀਸ ਨੂੰ ਲੈ ਕੇ ਇੱਕ ਵੀ ਪੇਰੈਂਟਸ ਇੱਥੇ ਕਹਿ ਦੇਵੇ ਕਿ ਇਹਨਾਂ ਨੇ ਫੀਸ ਦੀ ਡਿਮਾਂਡ ਕੀਤੀ ਆ ਫੀਸ ਦੀ ਡਿਮਾਂਡ ਉਦੋਂ ਹੋਈ ਆ ਅਸੀਂ ਸੈਕਿੰਡ ਬੈਂਚ ਦਾ ਜਦੋਂ ਜਿਹੜਾ ਆਇਆ ਆ ਇਹਨਾਂ ਦਾ ਕੋਰਟ ਦਾ ਫੈਸਲਾ ਆਇਆ ਉਸ ਤੋਂ ਬਾਅਦ ਮੈਸੇਜ ਗਿਆ ਕਿ ਹੁਣ ਸਾਨੂੰ ਜਿਹੜੀ ਰਾਹਤ ਦਿੱਤੀ ਆ ਪ੍ਰਾਈਵੇਟ ਸਕੂਲਾਂ ਨੂੰ ਸੋ ਤੁਸੀਂ ਜਿਹੜੀਆਂ ਉਹ ਆਪਣੀਆਂ ਫੀਸਾਂ ਆ ਕੇ ਜਮ੍ਹਾਂ ਕਰਵਾਓ ਜਿੰਨੀਆਂ ਤੁਸੀਂ ਕਰਵਾ ਸਕਦੇ ਹੁਣ ਸਰ ਗੱਲ ਇਹ ਆ ਕਿ ਪੇਰੈਂਟਸ ਦਾ ਮੁੱਦਾ ਜਿਹੜਾ ਪੱਖ ਆ ਉਹ ਤੁਸੀਂ ਸੁਣ ਲਿਆ ਹੁਣ ਮੈਂ ਇੱਥੇ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਕਲੀਅਰ ਕਰੂੰਗੀ ਸਾਡੇ ਕੋਲ 200-250 ਬੱਚਾ ਇੱਦਾਂ ਦਾ ਵਾ ਜਿਹੜਾ ਕਲਾਸ ਲਾਉਂਦਾ ਆ ਪਰ ਟੈਸਟ ਨਹੀਂ ਦਿੰਦਾ ਟੈਸਟ ਦਿੰਦਾ ਆ ਪਰ ਕਲਾਸ ਨਹੀਂ ਲਾਉਂਦਾ ਸਾਨੂੰ ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਕਿ ਕਿੰਨੇ ਬੱਚੇ ਸਾਡੇ ਕੋਲ ਜਿਹੜੇ ਨੇ ਇਸ ਸਕੂਲ ਨਾਲ ਅਜੇ ਜੁੜੇ ਨੇ ਕਿਉਂਕਿ ਅਸੀਂ ਘਰਾਂ ਤੋਂ ਬੱਚਿਆਂ ਨੂੰ ਲਿਆ ਨਹੀਂ ਸਕਦੇ ਬੱਚੇ ਸਕੂਲ ਆ ਨਹੀਂ ਸਕਦੇ ਸਾਨੂੰ ਉਹ ਜਿਹੜਾ ਆ ਫੋਨ ਦੇ ਉੱਤੇ ਕੋਈ ਰਿਸਪੋਂਸ ਨਹੀਂ ਦੇ ਰਹੇ ਜੇ ਸਾਡਾ ਸਕੂਲ ਤੋਂ ਫੋਨ ਜਾਂਦਾ ਟੀਚਰ ਸਾਹਿਬਾਨ ਕਰਦੇ ਆ ਤਾਂ ਅੱਗੋਂ ਫੋਨ ਜਿਹੜਾ ਉਹ ਕੱਟ ਦਿੰਦੇ ਆ ਐਨੀ ਹੋ ਸਕੂਲ ਨੂੰ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਜਦੋਂ ਇਹ ਸੈਕਿੰਡ ਟਾਈਮ ਲਾਸਟ ਫਰਾਈਡੇ ਨੂੰ ਆਏ ਆ ਇਹ ਮਿਸਟਰ ਲਾਲੀ ਵੀ ਵੇਚੀ ਨੇ ਲਾਸਟ 'ਤੇ ਇਹਨਾਂ ਦੇ ਨਾਲ ਇਹੋ ਗੱਲ ਹੋਈ ਤੁਸੀਂ ਐਡਮਿਸ਼ਨ ਫੀਸ ਫਿਲਹਾਲ ਨਾ ਦਿਓ
ਅਸੀਂ ਸਾਡੇ ਜਦਕਿ ਸਾਡੇ ਇਹਨਾਂ ਨੂੰ ਵੀ ਪਤਾ ਹੈ ਪੇਰੈਂਟਸ ਨੂੰ ਸ਼ਹਿਰ ਨਾਲੋਂ ਸਾਡੇ ਜਿਹੜੇ ਚਾਰਜਸ ਨੇ ਬੜੇ ਨਾਮੀਨਲ ਜਿਹੇ ਚਾਰਜਸ ਆ ਅਸੀਂ ਕੋਈ ਲੁੱਟ ਖਸੁੱਟ ਨਹੀਂ ਕਰ ਰਹੇ ਗੁਰਹਰ ਸਕੂਲ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਸ਼ਹਿਰ ਦੇ ਵਿੱਚ ਬੱਚਿਆਂ ਨੂੰ ਮਿਲ ਰਹੀ ਆ ਉਹ ਬੜੇ ਨਾਮੀਨਲ ਚਾਰਜਸ ਦੇ ਉੱਤੇ ਦੇ ਰਿਹਾ ਔਰ ਸਾਡਾ ਤਕਰੀਬਨ ਮੋਰ ਦੈਨ 50 ਟੀਚਰਸ ਜਿਹੜੇ ਨੇ ਸ਼ਹਿਰੋਂ ਚੱਲ ਕੇ ਇੱਥੇ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਐਕਸਟਰਾ ਇੱਥੇ ਲਾ ਰਹੇ ਕਿਉਂਕਿ ਉਹਨਾਂ ਨੂੰ ਸ਼ਹਿਰ ਨਾਲੋਂ ਇੱਥੇ ਸ਼ਾਇਦ ਸੈਲਰੀ ਜ਼ਿਆਦਾ ਮਿਲਦੀ ਹੋਏਗੀ ਤਾਂ ਹੀ ਉਹ ਇੱਥੇ ਸ਼ਹਿਰ ਦੇ ਸਾਰੇ ਸਕੂਲ ਡਿਨਾਈ ਕਰਕੇ ਇੱਥੇ ਆਉਣ ਲਈ ਰੈਡੀ ਨੇ ਜਦੋਂ ਇਹਨਾਂ ਦੇ ਨਾਲ ਇਹ ਗੱਲ ਹੋਈ ਕਿ ਫੀਸਿਸ ਤੁਸੀਂ ਪੂਰੀਆਂ ਦੇ ਦਿਓ ਔਰ ਈਵਨ ਵਿੱਚ ਇੱਕ ਦੋ ਪੇਰੈਂਟਸ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਮੈਡਮ ਜਿੱਦਣ ਅਸੀਂ ਤੁਹਾਨੂੰ ਮਿਲ ਕੇ ਗਏ ਸੀਗੇ ਨੈਕਸਟ ਡੇ ਮੈਂ ਤਾਂ ਆਪਣੇ ਮੁੰਡੇ ਦੀਆਂ ਸਾਰੀਆਂ ਫੀਸਾਂ ਜਮ੍ਹਾਂ ਕਰਵਾ ਗਿਆ ਵਾਂ ਕਿ ਵੀ ਫੀਸਾਂ ਤਾਂ ਪੂਰੀਆਂ ਦੇਣੀਆਂ ਪੈਣੀਆਂ ਹੁਣ ਫੀਸਾਂ ਤਾਂ ਦੇਣੀਆਂ ਹੀ ਆ ਐਡਮਿਸ਼ਨ ਫੀਸ ਨਹੀਂ ਕਰਾਈ ਅਸੀਂ ਕਿਹਾ ਵੀ ਬਿਲਕੁਲ ਠੀਕ ਆ ਫਿਰ ਵੀ ਜਦਕਿ ਹਾਈ ਕੋਰਟ ਨੇ ਇਹ ਫੈਸਲਾ ਦੇ ਦਿੱਤਾ ਦਾਖਲਾ ਅਤੇ ਟਿਊਸ਼ਨ ਫੀਸਾਂ ਜਿਹੜੀਆਂ ਨੇ ਉਹ ਪੂਰੀਆਂ ਵਸੂਲ ਸਕਦੇ ਆ ਉਹਦੇ ਬਾਵਜੂਦ ਅਸੀਂ ਆਪਣੇ ਏਰੀਏ ਨੂੰ ਵੇਖਦੇ ਹੋਏ 70-30 ਦੀ ਰੇਸ਼ੋ ਰੱਖ ਦਿੱਤੀ ਕਿ 70% ਅਸੀਂ ਲਵਾਂਗੇ 30% ਤੁਹਾਨੂੰ ਛੋਟ ਦਿਆਂਗੇ ਉਹ ਇਹ ਵੀ ਗੱਲ ਨਾਲ ਕਹੀ ਗਈ ਕਿ ਉਹ ਵੀ ਜਦੋਂ ਸਕੂਲ ਲੱਗਣਗੇ ਜੇ ਡਿਲੇ ਹੁੰਦੇ ਆ ਸਕੂਲ ਤਾਂ ਹੋਰ ਲੈਸ ਕੀਤਾ ਜਾਏਗਾ ਐਡਮਿਸ਼ਨ ਫੀਸ ਦੇ ਵਿੱਚ ਵੀ ਹੋਰ ਲੈਸ ਕੀਤਾ ਜਾਏਗਾ ਪੂਰੀਆਂ ਫੀਸਾਂ ਲਈਆਂ ਤੋਂ ਬਿਨਾਂ ਨਹੀਂ ਸਾਡਾ ਸਰਦਾ ਕਿਉਂਕਿ ਸਕੂਲ ਦੇ ਜਿੰਨੇ ਵੀ ਖਰਚੇ ਆ ਕੋਈ ਟੀਚਰ ਸੈਲਰੀ ਤੋਂ ਬਿਨਾਂ ਨਹੀਂ ਇੱਥੇ ਬੈਠਾ ਹਰ ਇੱਕ ਨੂੰ ਸੈਲਰੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਚਾਹੇ ਟੀਚਿੰਗ ਸਟਾਫ ਹੈ ਚਾਹੇ ਨੋਨ ਟੀਚਿੰਗ ਸਟਾਫ ਹੈ